ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ HK ਬੁਟੀਕ 'ਤੇ। ਮੇਰਾ ਨਾਂ ਹੈ ਜੀ ਹਰਜੀਤ। ਬੁਟੀਕ ਸਾਡੀ ਹੈਗੀ ਜੀ ਕਾਲਾਂ ਵਾਲੀ ਮੰਡੀ ਦੇ ਵਿੱਚ। ਅਤੇ ਬਹੁਤ ਬਹੁਤ ਥੈਂਕ ਯੂ ਜੀ ਸਾਡੀ ਵੀਡੀਓਸ ਨੂੰ ਪਿਆਰ ਦੇਣ ਲਈ। ਅਤੇ ਜੇ ਪਹਿਲੀ ਵਾਰੀ ਚੈਨਲ ਨੂੰ ਦੇਖ ਰਹੇ ਨੇ ਜੀ, ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਦੇ ਕਰੋ, ਸ਼ੇਅਰ ਕਰ ਦਿਓ। ਅਤੇ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਰਹੇਗੀ ਜੀ, ਇਹ ਹੈਗੀ ਸਾਰੀ ਪਾਰਟੀ ਵੀਅਰ, ਸੇਲ ਔਫਰ ਦੇ ਵਿੱਚ ਰਹੇਗੀ। ਇਹ ਰਹਿ ਜੀ ਆਪਣਾ ਪਹਿਲਾ ਸੂਟ, ਕਰੇਪ 'ਤੇ ਇਹ ਬਹੁਤ ਹੀ ਸੋਹਣਾ। ਅਤੇ ਵਰਕ ਦੇਖੋ ਜੀ, ਐਮਬਰੋਇਡਰੀ ਇਹਦੀ ਬਹੁਤ ਹੀ ਪਿਆਰੀ ਜੀ। ਸਾਰਾ ਫਰੰਟ ਇਹਦਾ ਨਾ ਬਹੁਤ ਹੀ ਹੈਵੀ ਬਣਿਆ ਹੋਇਆ, ਦੇਖੋ ਬਹੁਤ ਹੀ ਬਰੀਕ ਟਾਂਕੇ ਦੇ ਵਰਕ ਹੋਇਆ ਵਾ। ਕਲਰ ਕੰਟਰਾਸਟ ਲੱਗੇ ਹੋਏ ਆ, ਵਿਦ ਜਰੀ ਲੱਗੀ ਹੈਗੀ, ਬਹੁਤ ਹੀ ਪਿਆਰਾ ਜੀ, ਪਿਆਰਾ ਜਿਹਾ ਹੈਵੀ ਵਰਕ ਇਹ। ਸਾਰਾ ਫਰੰਟ ਦੇਖੋ, ਕਲਰ ਸੇਮ ਆ ਰਹੇ, ਦੇਖੋ ਜੀ ਬਹੁਤ ਹੀ ਪਿਆਰਾ ਜਿਹਾ। ਇਹ ਜਰੀ ਦਾ ਵਰਕ, ਇਹ ਘੇਰਾ ਬਣਿਆ ਹੋਇਆ ਇਹਦਾ, ਪੰਜ ਮੀਟਰ ਦੇ ਕੱਟ ਰਹੇਗੀ ਜੀ, ਸੂਟ ਆਲ ਓਵਰ ਰਹੇਗਾ ਇਹ। ਸੂਟ ਅੱਜ ਵਾਲੇ ਸਾਰੇ ਸੇਲ ਔਫਰ ਦੇ ਵਿੱਚ ਨੇ ਜੀ। ਇਹਦੇ ਨਾਲ ਰਹੇਗਾ ਚਨੂਨ ਦਾ ਦੁਪੱਟਾ, ਐਮਬਰਾਇਡਰੀ ਵਾਲਾ ਚਨੂਨ ਦਾ ਦੁਪੱਟਾ ਰਹੇਗਾ ਜੀ। ਚਨੂਨ ਦਾ ਦੁਪੱਟਾ ਜੀ, ਪੂਰੇ ਲੈਂਥ ਵੈਡਥ ਵਾਲਾ ਦੁਪੱਟਾ ਇਹ। ਪੂਰੇ ਦੁਪੱਟੇ ਦੇ ਵਿੱਚ ਐਮਬਰਾਇਡਰੀ ਦੇਖੋ ਤੁਸੀਂ, ਫੁੱਲ ਹੈਵੀ ਦੁਪੱਟਾ ਹੈ, ਫਲਾਵਰ ਹੀ ਆ ਰਹੇ ਆ, ਛੋਟੀ ਛੋਟੀ ਬੂਟੀ ਇਹਦੇ ਨਾਲ ਦੇਖੋ ਜੀ, ਇਹ ਵਾਲੇ ਵੱਡੇ ਫਲਾਵਰ ਨੇ। ਸਫਾਈ ਦੇਖੋ ਜੀ ਵਰਕ ਦੀ, ਬਹੁਤ ਹੀ ਸੋਹਣਾ ਜਿਹਾ ਦੁਪੱਟਾ ਇਹ। ਹੋਰ ਸਾਈਡ ਇਹਦੇ ਇਸ ਤਰ੍ਹਾਂ ਕਰਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਪਾਈਪਿੰਗ ਦੀ, ਦੇਖੋ ਜੀ ਬੈਕ ਸਾਈਡ ਤੋਂ ਫਰੰਟ ਦੇਖੋ, ਸਾਰੀ ਫਿਨਿਸ਼ਿੰਗ ਇਸ ਤਰ੍ਹਾਂ ਪਾਈਪਿੰਗ ਦੀ ਦਿੱਤੀ ਹੋਈ ਹੈ ਦੁਪੱਟੇ। ਚਨੂਨ ਦਾ ਦੁਪੱਟਾ ਰਹੇਗਾ, ਕਰੇਪ ਦਾ ਫੈਬਰਿਕ ਰਹੇਗਾ ਜੀ ਸੂਟ ਦਾ, ਪੰਜ ਮੀਟਰ ਦੀ ਕੱਟ ਰਹੇਗੀ ਸੂਟ ਦੀ। ਪ੍ਰਾਈਜ਼ ਇਹਦਾ ਆਏਗਾ ਜੀ 2300 ਰੁਪਏ। ਸੈਕਿੰਡ ਕਲਰ ਇਹਦੇ ਵਿੱਚ ਮਾਊਸ ਜਿਹਾ ਕਲਰ ਹੈ ਇਹ, ਦੋਨੇ ਕਲਰ ਬਹੁਤ ਪਿਆਰੇ ਜਿਹੇ ਕਲਰ ਹੈ ਇਹ। ਰਹੇਗਾ ਜੀ ਇਹਦਾ ਸੈਕਿੰਡ ਕਲਰ, ਸੇਮ ਇਹਦਾ ਵੀ ਫਰੰਟ ਬਹੁਤ ਹੀ ਹੈਵੀ, ਬਹੁਤ ਹੀ ਬਰੀਕ ਟੰਕੇ ਦਾ ਵਰਕ ਹੋਇਆ ਜੀ, ਬਿਲਕੁਲ ਖਰਾਬ ਹੋਣ ਵਾਲਾ ਇਹ ਵਰਕ ਨਹੀਂ ਹੈ। ਜਰੀ ਦੇ ਨਾਲ ਇਹ ਥਰੈਡ ਦਾ ਕੰਟਰਾਸਟ ਦਿੱਤਾ ਹੋਇਆ ਇਹ ਰਹੇਗਾ ਜੀ। ਇਹਨਾਂ ਦਾ ਘੇਰਾ ਬਹੁਤ ਹੀ ਪਿਆਰਾ ਜਿਹਾ, ਬਹੁਤ ਹੀ ਹੈਵੀ ਬਣਿਆ ਹੋਇਆ ਇਹ। ਸੇਮ ਚਨੂਨ ਦਾ ਦੁਪੱਟਾ ਰਹੇਗਾ ਜੀ ਇਹਦੇ ਨਾਲ, ਦੇਖੋ ਜੀ ਦੁਪੱਟੇ ਨਾ ਫੁੱਲ ਲੈਂਥ ਵਿਡਥ ਵਾਲੇ, ਖੁੱਲੇ ਚੌੜੇ ਇਹ ਲੰਮੇ ਚੌੜੇ ਦੁਪੱਟੇ ਨੇ। ਬਹੁਤ ਹੀ ਨੀਟ ਅਤੇ ਕਲੀਨ ਵਰਕ ਹੋਇਆ ਵਾ ਇੱਥੇ, ਬਹੁਤ ਹੀ ਬਰੀਕ ਜਿਹੇ ਟੰਕੇ ਦਾ ਫਿਨਿਸ਼ਿੰਗ ਹੋਈ ਵੀ ਹੈ ਜੀ ਦੁਪੱਟੇ ਦੀ। 2300 ਦਾ ਪ੍ਰਾਈਜ਼ ਰਹੇਗਾ,
ਫ੍ਰੀ ਸ਼ਿਪਿੰਗ ਰਹੇਗੀ ਇੰਡੀਆ 'ਚ। ਜਿਹੜਾ ਇਸ ਤੋਂ ਅਗਲਾ ਡਿਜ਼ਾਇਨ ਹੈ ਜੀ, ਇੱਕ ਸਿੰਗਲ ਹੀ ਸੂਟ ਹੈ, ਸੇਲ ਆਫਰ 'ਚ ਸੂਟ ਹੈ, ਇਹ ਬਲੈਕ ਕਲਰ ਦਾ ਆ ਰਿਹਾ, ਮਸ਼ੀਨ ਵਿਦ ਹੈਂਡ, ਦੇਖੋ ਇਹ ਸਾਰਾ ਮਸ਼ੀਨ ਵਰਕ ਆ, ਜਰੀ ਦੇ ਨਾਲ ਹੈ, ਇਹ ਥਰੈਡ ਦਿੱਤਾ ਕੰਟਰਾਸਟ 'ਚ, ਸਾਰਾ ਇਹ ਦਿੱਤਾ ਨਲਕੀ ਵਰਕ, ਜਿਹੜਾ ਨੈਕ 'ਤੇ ਪੈਟਰਨ ਬਣਿਆ ਹੋਇਆ ਵਿੱਚ ਇਹਦੇ ਨਲਕੀ ਦਾ ਵਰਕ ਕਰਿਆ ਹੋਇਆ ਜੀ। ਸਾਰੀ ਸ਼ਰਟ ਦੇ ਵਿੱਚ ਇਹ ਬਰੀਕ ਬਰੀਕ ਬੂਟੀ ਹੈ, ਇਹ ਸਾਈਡ 'ਤੇ ਇਹਦੀਆਂ ਦੇਖੋ ਜੀ, ਇਹ ਹੈਗਾ ਸਲੀਵਸ ਵਾਸਤੇ, ਇਹਦੀਆਂ ਸਲੀਵਸ ਬਣੀਆਂ ਹੋਈਆਂ, 5 ਮੀਟਰ ਦੀ ਕੱਟ ਰਹੇਗੀ ਜੀ। ਆਲ ਓਵਰ ਸੂਟ ਹੈ, ਬਲੈਕ ਕਲਰ, ਦੁਪੱਟਾ ਰਹੇਗਾ ਜੀ ਕੰਟਰਾਸਟ ਦੇ ਵਿੱਚ, ਇਹਦਾ ਦੇਖੋ ਫੁੱਲ ਐਮਬਰਾਇਡਰੀ ਵਾਲਾ ਦੁਪੱਟਾ, ਜਿਹੜਾ ਇਹਦਾ ਕੰਟਰਾਸਟ ਕਰਿਆ ਹੋਇਆ ਨੈਕ 'ਤੇ ਤੁਸੀਂ ਦੇਖੋ, ਜਿਹੜੇ ਕਲਰ 'ਤੇ ਇਹਦੇ ਥਰੈਡ ਲੱਗੇ ਹੋਏ ਨਾ, ਕੰਟਰਾਸਟ ਦਿੱਤਾ ਹੋਇਆ, ਸੇਮ ਦੁਪੱਟੇ ਦੇ ਵਿੱਚ ਵੀ ਉਹੀ ਕਲਰ ਜੀ, ਪਿੰਕ ਅਤੇ ਫੋਜੀ ਦਾ ਕੰਟਰਾਸਟ, ਸੈਂਟਰ 'ਚ ਇਹ ਸਾਰਾ ਦੇਖੋ, ਇਹ ਲੈਸ ਦਿੱਤੀ ਹੋਈ ਹੈ ਦੋਨਾਂ ਸਾਈਡ 'ਤੇ, ਦੇਖੋ ਐਮਬਰੋਇਡਰੀ ਵਾਲੇ, ਇਹ ਇਸ ਤਰ੍ਹਾਂ ਕਰਕੇ 3D ਦੁਪੱਟਾ ਬਣਿਆ ਹੋਇਆ ਜੀ, ਦੋਨੋਂ ਸਾਈਡ 'ਤੇ ਇਸ ਤਰ੍ਹਾਂ ਕਰਕੇ ਘੱਟ ਵਰਕ ਵਰਕ ਦਿੱਤਾ ਹੋਇਆ ਇਹ ਪੂਰਾ ਫਿਨਿਸ਼ਿੰਗ ਦੇ ਨਾਲ। ਚੌਵੀ ਸੌ ਇਹਦਾ ਪ੍ਰਾਈਜ਼ ਰਹੇਗਾ ਜੀ, ਸਿੰਗਲ ਕਲਰ 2400 ਪ੍ਰਾਈਜ਼। ਨੈਕਸਟ ਅਸੀਂ ਦੇ ਰਹੇ ਹਾਂ ਜੀ ਔਰਗੈਂਜਾ 'ਤੇ ਰਹੇਗਾ ਇਹ ਸ਼ਰਟ ਦਾ ਜਿਹੜਾ ਫੈਬਰਿਕ ਆ, ਲਾਈਨਿੰਗ ਦੇ ਵਿੱਚ ਹੈ, ਇਹ ਲਾਈਨਿੰਗ ਬਣੀ ਹੋਈ ਹੈ ਬਸ ਸਿੰਪਲ ਫਰੰਟ ਔਰ ਬੈਕ 'ਤੇ, ਇਹਦੇ ਘੇਰੇ ਵਾਸਤੇ ਬਾਰਡਰ ਦਿੱਤਾ ਹੋਇਆ ਜੀ, ਔਰਗੈਂਜਾ ਦਾ ਫੈਬਰਿਕ ਆ, ਇਹਦੇ ਨਾਲ ਆਏਗੀ ਜੀ ਸਿਲਕ ਦੀ ਬੋਟਮ, ਬਹੁਤ ਹੀ ਫਾਈਨ ਕੁਆਲਿਟੀ ਹੈ ਸਿਲਕ ਦੀ, ਪਿਓਰ ਸਿਲਕ ਆ ਦੇਖੋ, ਇਹ ਰਹੇਗਾ ਬੋਟਮ ਦਾ ਫੈਬਰਿਕ, 2.5+ ਰਹੇਗਾ ਜੀ, ਘੱਟ ਨਹੀਂ ਹੈ 2.5 ਮੀਟਰ ਤੋਂ, 2.40 ਆਰਾਮ ਨਾਲ ਘੱਟ ਹੋਏਗਾ ਇਹਦਾ। ਸਪੈਸ਼ਲ ਇਹਦੇ ਵਿੱਚ ਇਹਦੇ ਦੁਪੱਟੇ ਜੀ, ਸਪੈਸ਼ਲ ਇਹਨਾਂ ਦੇ ਦੇਖੋ, ਇਹ ਦੁਪੱਟੇ ਆ, ਚਨੋਨ ਦਾ ਦੁਪੱਟਾ ਹੈ, ਪਾਕਿਸਤਾਨੀ ਦੁਪੱਟੇ ਵੀ ਆਪਾਂ ਕਹਿ ਦਿੰਦੇ ਹਾਂ ਇਹਨਾਂ ਨੂੰ, ਚਨੋਨ ਦਾ ਦੁਪੱਟਾ, ਇਸ ਤਰ੍ਹਾਂ ਕਰਕੇ ਪ੍ਰਿੰਟਿੰਗ ਹੋਈ ਵੀ ਹੈ, ਇਹ ਸਾਰਾ ਆਰੀ ਵਰਕ ਨਾਲ ਹਾਈਲਾਈਟ ਕਰਿਆ ਹੋਇਆ ਇਹਨੂੰ, ਦੇਖੋ ਦੁਪੱਟੇ ਉੱਤੇ ਨਾ ਇਹ ਆਰੀ ਵਰਕ ਹੋਇਆ ਵੇ, ਪੱਲੇ ਦੇਖੋ ਤੇ ਬਹੁਤ ਹੀ ਹੈਵੀ ਜੇ, ਇਸ ਤਰ੍ਹਾਂ ਕਰਕੇ ਸਾਰੇ ਐਮਬਰਾਇਡਰੀ ਹੋਈ ਵੀ, ਇਹਨੂੰ ਹਾਈਲਾਈਟ ਕਰਿਆ ਹੋਇਆ ਪ੍ਰਿੰਟ ਦੇ ਉੱਤੇ, ਆਊਟਲਾਈਨਿੰਗ ਹੋਈ ਵੀ ਹੈ ਇਹ ਆਰੀ ਵਰਕ ਦੀ, ਬਹੁਤ ਹੀ ਪਿਆਰੇ ਜਿਹੇ ਦੁਪੱਟੇ ਆ ਇਹ, 4 ਸਾਈਡ ਇਹਦੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ, ਸਮੋਸਾ ਲੈਸ ਦੀ। ਪ੍ਰਾਈਜ਼ ਇਹਦਾ ਆਏਗਾ ਜੀ 2400, 2400 ਦਾ ਪ੍ਰਾਈਜ਼ ਰਹੇਗਾ। 2 ਕਲਰ ਨੇ ਜੀ ਇਹਦੇ,
ਸੈਕਿੰਡ ਕਲਰ ਇਹਦਾ ਇਹ ਰਹੇਗਾ, ਇਹ ਰਹੇਗਾ ਜੀ ਸੈਕਿੰਡ ਕਲਰ। ਔਰਗੈਂਜਾ ਦਾ ਫੈਬਰਿਕ ਰਹੇਗਾ ਸ਼ਰਟ ਦਾ, ਲਾਈਨਿੰਗ ਦੇ ਵਿੱਚ ਸ਼ਰਟ ਦਾ ਫੈਬਰਿਕ ਆ ਜਿਹੜਾ। ਬੋਟਮ ਰਹੇਗੀ ਜੀ ਸਿਲਕ ਦੀ, ਚਨੂਨ ਦਾ ਦੁਪੱਟਾ ਰਹੇਗਾ ਜੀ ਇਹਦੇ ਨਾਲ। ਦੇਖੋ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਦੁਪੱਟਿਆਂ ਦੇ, ਸੈਂਟਰ 'ਚ ਇਹ ਸਾਰਾ ਨਾ ਪ੍ਰਿੰਟ ਹੋਇਆ ਵਾ ਦੁਪੱਟੇ 'ਚ, ਇਹ ਸਾਰਾ ਪ੍ਰਿੰਟ ਹੈ ਅਤੇ ਸਾਈਡ 'ਤੇ ਇਹਦੇ ਸਾਰਾ ਵਰਕ, ਇਹ ਆਰੀ ਵਰਕ ਹੈ ਜੀ ਦੋਨੋਂ ਸਾਈਡ 'ਤੇ ਦਿੱਤਾ ਹੋਇਆ, ਪਲੱਸ ਇਹਦੇ ਪੱਲੇ ਬਹੁਤ ਹੈਵੀ, ਇਹ ਸਾਰਾ ਹਾਈਲਾਈਟ ਕਰਿਆ ਹੋਇਆ ਜੀ ਵਰਕ ਦੇ ਨਾਲ। 2400 ਇਹਦਾ ਪ੍ਰਾਈਜ਼ ਰਹੇਗਾ ਜੀ। ਨੈਕਸਟ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨ, ਇਹ ਹੋਏਗਾ ਜੀ ਸਕਰਟ ਦਾ। ਦੇਖੋ ਇਹ ਸਕਰਟ ਬਣੀ ਹੋਈ ਹੈ ਸਾਰੀ ਵਿਦ ਲਾਈਨਿੰਗ, ਇਨਰ ਵੀ ਇਹਦੇ ਵਿੱਚ ਹੈ ਜੀ, ਦੇਖੋ ਬਹੁਤ ਹੀ ਹੈਵੀ ਹੈ ਇਹ। ਜੋਰਜੈਟ ਦਾ ਸਟੱਫ ਰਹੇਗਾ ਜਿਹੜਾ ਆਪਣਾ ਹੈਗਾ ਸਕਰਟ ਦਾ, ਕਲੀਆਂ ਪਾ ਕੇ ਇਹ ਬਣਾਇਆ ਹੋਇਆ ਪ੍ਰੋਪਰ, ਬਹੁਤ ਹੀ ਹੈਵੀ ਜਿਹਾ। ਦੇਖ ਰੈਡੀ ਟੂ ਵੀਅਰ ਹੈ ਇਹ, ਇਹਨੂੰ ਕੁਛ ਵੀ ਕਰਵਾਉਣ ਦੀ ਨੀਡ ਨਹੀਂ ਹੈ, ਇਹਦੇ ਇਨਰ ਵੀ ਅਟੈਚ ਹੈ ਜੀ ਵਿੱਚ, ਇਹਦਾ ਵਿਦ ਇਨਰ, ਅਤੇ ਬਹੁਤ ਹੀ ਹੈਵੀ ਜੀ ਇਹ ਬਣੀ ਹੋਈ ਸਕਰਟ। ਫਰੰਟ ਔਰ ਬੈਕ ਦੋਨੋਂ ਸੇਮ ਆ, ਦੋਨੋਂ ਸਾਈਡ 'ਤੇ ਇਸ ਤਰ੍ਹਾਂ ਕਰਕੇ ਐਮਬਰਾਇਡਰੀ ਹੈ ਫੁੱਲ ਹੈਵੀ, ਛੋਟੀ ਛੋਟੀ ਬੂਟੀ ਹੈ ਉੱਪਰ ਔਰ ਨੀਚੇ ਫਲੇਅਰ ਦੇਖੋ ਬਹੁਤ ਹੀ ਹੈਵੀ ਬਣੀ ਹੋਈ ਹੈ। ਸਕਰਟ ਦੀ ਤੁਹਾਨੂੰ ਕੁਛ ਵੀ ਕਰਵਾਉਣ ਦੀ ਨੀਡ ਨਹੀਂ ਹੈ, ਇਹਦੇ ਨਾਲ ਆਏਗਾ ਜੀ ਦੇਖੋ ਅਪਾੜਾ ਸਿਲਕ ਦਾ ਫੈਬਰਿਕ ਹੈ ਸ਼ਰਟ ਦਾ, ਇਹਦੇ ਨਾਲ ਇਹ ਰਹੇਗਾ ਜੀ ਕੰਟਰਾਸਟ, ਅਪਾੜਾ ਸਿਲਕ ਰਹੇਗਾ, ਇਹ ਸਾਰਾ ਹੈਂਡ ਵਰਕ ਹੈ ਦੇਖੋ, ਨਲਕੀ ਵਰਕ ਵਿਦ ਇਹਦੇ ਨਾਲ ਸੇਮ ਕਲਰ ਸਕਰਟ ਨਾਲ ਦਾ ਆਪਣਾ ਥਰੈਡ ਯੂਜ ਕਰਿਆ ਹੋਇਆ, ਬਹੁਤ ਹੀ ਹੈਵੀ ਨੈਕ ਬਣਿਆ ਹੋਇਆ। ਇਹਦੇ ਇਹ ਘੇਰੇ 'ਤੇ ਆ ਜਾਏਗੀ ਜੀ ਇਹ ਵਾਲੀ ਪੱਟੀ ਸੇਮ, ਇਹ ਆ ਗਿਆ ਆਪਣੇ ਫਰੰਟ ਘੇਰੇ ਦਾ ਬੋਰਡਰ ਸਕਰਟ ਦੇ ਨਾਲ। ਸਲੀਵਸ ਮਿਲੇਗੀ ਜੀ ਪਲੇਨ ਹੈ, ਬੈਕ ਵੀ ਪਲੇਨ ਹੈ ਇਹਦੀ ਸਲੀਵਸ ਵਾਸਤੇ, ਇਹ ਰਹੇਗੀ ਸ਼ਰਟ। ਦੁਪੱਟਾ ਆਏਗਾ ਜੀ ਨੈੱਟ ਦਾ, ਨੈੱਟ ਦਾ ਫੈਬਰਿਕ ਆ ਦੁਪੱਟੇ ਦਾ ਫੁੱਲ ਐਮਬਰਾਇਡਰੀ ਵਾਲਾ, ਸਾਰੇ ਦੁਪੱਟੇ 'ਚ ਦੇਖੋ ਇਸ ਤਰ੍ਹਾਂ ਕਰਕੇ ਜਾਲ ਪਾਇਆ ਹੋਇਆ ਇਹ ਸਾਰੀ ਬੂਟੀ ਦਾ, ਇਸ ਤਰ੍ਹਾਂ ਕਰਕੇ ਇਹਦੇ ਬੋਰਡਰ ਦਿੱਤਾ ਹੋਇਆ ਫੋਰ ਸਾਈਡ, ਬਹੁਤ ਹੀ ਪਿਆਰੀ ਜੀ ਲੈਸ ਦੇ ਨਾਲ, ਲੈਸ ਦੇਖੋ ਜੀ ਬਹੁਤ ਹੀ ਹੈਵੀ ਲੱਗੀ ਹੋਈ ਇਹਨੂੰ, ਫੋਰ ਸਾਈਡ ਹੀ ਹੈ ਦੁਪੱਟੇ ਦੇ ਬੋਰਡਰ ਦੇ।
ਨੈੱਟ ਦਾ ਫੈਬਰਿਕ ਹੈ ਇਹ ਦੁਪੱਟਾ, ਜਿਹੜਾ ਨੈੱਟ ਦੇ ਵਿੱਚ ਹੈ ਜੀ। ਪ੍ਰਾਈਜ਼ ਇਹਦਾ 2500, 2500 ਹੀ ਰਹਿ ਇਹਦਾ ਪ੍ਰਾਈਜ਼ ਹੈ ਜੀ। ਦੋ ਕਲਰ ਨੇ ਇਹਦੇ ਵਿੱਚ, ਪਹਿਲਾ ਕੰਟਰਾਸਟ ਹੈਗਾ ਜੀ ਬਲੂ ਦੇ ਨਾਲ ਯੈਲੋ ਦਾ, ਇਹ ਹੈਗਾ ਜੀ ਗ੍ਰੀਨ ਕਲਰ, ਗ੍ਰੀਨ ਕਲਰ ਦੀ ਸਕਰਟ ਹੈ। ਇੱਕ ਬਹੁਤ ਹੀ ਹੈਵੀ ਸਕਰਟ ਹੈ, ਜੋਰਜੈਟ ਦਾ ਸਟੱਫ ਰਹੇਗਾ ਸਕਰਟ ਦਾ, ਕਲੀਆਂ ਪਾ ਕੇ ਬਣੀ ਹੋਈ ਹੈ ਜੀ, ਵਿਦ ਇਨਰ ਸਟਿਚ ਆਲਰੇਡੀ ਹੈ ਸਾਰੀ, ਬਹੁਤ ਹੀ ਹੈਵੀ ਬਣੀ, ਦੋਨੋਂ ਸਾਈਡ 'ਤੇ ਵਰਕ ਹੈ ਇਹਦੇ। ਬੜਾ ਸਿਲਕ ਸਿਲਕ ਦਾ ਫੈਬਰਿਕ ਰਹੇਗਾ ਸ਼ਰਟ ਦਾ, ਦੇਖੋ ਇਹ ਰਹੇਗਾ ਜੀ ਸ਼ਰਟ ਦਾ ਕੰਟਰਾਸਟ, ਸੇਮ ਕਲਰ ਆਪਣੇ ਲੱਗਿਆ ਹੋਇਆ ਇਹ ਸਕਰਟ ਨਾਲ ਦਾ ਥਰੈਡ ਯੂਜ ਕਰਕੇ, ਹੈਂਡ ਵਰਕ ਦਾ ਇਹ ਕੰਮ ਦੇਖੋ ਜੀ। ਇਹ ਮਿਲ ਜਾਏਗਾ ਜੀ ਇਹਦੇ ਘੇਰੇ 'ਤੇ ਕੰਮ, ਸੇਮ ਬਾਰਡਰ ਪੱਟੀ 'ਤੇ ਲੱਗੀ ਹੋਈ ਹੈ ਸਕਰਟ ਨਾਲ ਦੀ, ਦੁਪੱਟਾ ਵੀ ਇਹਦਾ ਸੇਮ ਰਹੇਗਾ ਜੀ, ਨੈੱਟ 'ਤੇ ਬਣਿਆ ਹੋਇਆ ਦੁਪੱਟਾ, ਹੋਰ ਸਾਈਡ ਇਸ ਤਰ੍ਹਾਂ ਕਰਕੇ ਹੈਵੀ ਬਾਰਡਰ ਹੈ ਇਹਦੇ, ਲੈਸ ਲੱਗੀ ਹੋਈ ਹੈ ਬਹੁਤ ਹੀ ਪਿਆਰੀ ਜੀ। 2500 ਦੀ ਪ੍ਰਾਈਜ਼ ਇਹਦੇ ਰਹੇਗੀ। ਸਿੰਗਲ ਕਲਰ ਹੈ ਜੀ ਨੈਕਸਟ ਵਾਲਾ, ਸਿੰਗਲ ਡਿਜ਼ਾਇਨ ਸਿੰਗਲ ਕਲਰ, ਆਪਾਂ ਹਲਦੀ ਦੇ ਫੰਕਸ਼ਨ ਵਾਸਤੇ ਇਹੋ ਜਿਹਾ ਕਲਰ ਦੇਖੋ ਜੀ, ਬਹੁਤ ਹੀ ਪਿਆਰਾ ਜਿਹਾ ਵਰਕ, ਨੈੱਕ ਪੈਟਰਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਇਹਦਾ ਕੰਟਰਾਸਟ, ਮਸ਼ੀਨ ਵਰਕ ਵਿਦ ਹੈਂਡ ਵਰਕ ਦੇਖੋ ਜੀ, ਇਹਨੂੰ ਸਾਰਾ ਹਾਈਲਾਈਟ ਕਰਿਆ ਹੋਇਆ, ਛੋਟੇ ਛੋਟੇ ਕੱਟਦਾਣੇ ਦਾ ਕੰਮ ਹੋਇਆ ਵਾ ਨੈੱਕ 'ਤੇ ਦੇਖੋ, ਪਹਿਲਾਂ ਇਹਦੇ ਹੋਇਆ ਜੀ ਜਰੀ ਦਾ ਅਤੇ ਥਰੈਡ ਦਾ ਕੰਮ, ਉੱਪਰ ਸਾਰਾ ਇਹ ਕੱਟਦਾਣੇ ਦਾ ਕੰਮ ਹੋਇਆ ਵਾ, ਕਲੀਆਂ ਦੇ ਵਿੱਚ ਇਹ ਪੈਨਲ ਬਣਿਆ ਹੋਇਆ, ਸਾਰੀ ਸ਼ਰਟ 'ਤੇ ਛੋਟੀ ਛੋਟੀ ਬੂਟੀ, ਬਹੁਤ ਹੀ ਹੈਵੀ ਇਹਦਾ ਘੇਰਾ ਬਣਿਆ ਹੋਇਆ ਦੇਖੋ, ਇਹ ਰਹੇਗਾ ਜੀ ਇਹਦੇ ਘੇਰੇ 'ਤੇ ਹੋਇਆ ਕੰਮ, ਇਹ ਸਾਰਾ ਹੱਥ ਦੇ ਨਾਲ ਆਊਟਲਾਈਨਿੰਗ ਕਰੀ ਹੋਈ ਜੀ ਕੱਟਦਾਣੇ ਨਾਲ ਅਤੇ ਸਟੋਨ ਨਾਲ, ਬਿਲਕੁਲ ਵੀ ਇਹ ਵਰਕ ਖਰਾਬ ਨਹੀਂ ਹੋਏਗਾ। 5 ਮੀਟਰ ਦੀ ਕੱਟ ਰਹੇਗੀ, ਕਰੇਵ ਦਾ ਫੈਬਰਿਕ ਇਹ ਰਹੇਗਾ ਜੀ ਇਹਦਾ ਦੇਖੋ, ਚਾਹੇ ਤੁਸੀਂ ਇਹਨੂੰ ਸਲੀਵਸ 'ਤੇ, ਚਾਹੇ ਤੁਸੀਂ ਇਹਦੀ ਬਾਜੂ ਬਣਾ ਲਿਓ, ਚਾਹੇ ਤੁਸੀਂ ਇਹਨੂੰ ਬੋਟਮ 'ਤੇ ਵੀ, ਦੇਖੋ ਬਹੁਤ ਹੀ ਹੈਵੀ ਕੰਮ ਹੈ ਇਹ, ਤੁਸੀਂ ਇਹਨੂੰ ਬੋਟਮ ਵੀ ਸਟਿਚ ਕਰਵਾ ਸਕਦੇ ਹੋ ਜਾਂ ਆਪਣੀਆਂ ਇਹ ਤੁਸੀਂ ਸਲੀਵਸ ਬਣਾ ਸਕਦੇ ਹੋ। ਬਹੁਤ ਹੈਵੀ ਕੰਮ ਹੋਇਆ ਵਾ, ਪੂਰਾ ਕਰੇਵ ਦਾ ਇਹ ਫੈਬਰਿਕ ਰਹੇਗਾ ਜੀ, ਇਹਦੇ ਨਾਲ ਦੁਪੱਟਾ ਰਹੇਗਾ ਜੀ ਚਨੋਨ ਦਾ, ਦੁਪੱਟਾ ਜੀ ਸਾਰਾ ਇਸ ਤਰ੍ਹਾਂ।
ਲੰਬਾ ਚੌੜਾ ਦੁਪੱਟਾ ਚਣਾਉਣਗਾ ਇਸ ਤਰ੍ਹਾਂ ਕਰਕੇ ਪੂਰਾ ਦੁਪੱਟਾ ਹੀ ਇਹ ਲੈਸ ਦੇ ਨਾਲ ਕਰਿਆ ਹੋਇਆ ਡਿਜ਼ਾਇਨ ਫੋਰ ਸਾਈਡ ਦੀ ਲੈਸ ਦੇਖੋ ਬਹੁਤ ਹੀ ਸੋਹਣੀ ਲੱਗੀ ਹੋਈ ਹੈ ਅਤੇ ਜਿਹੜੀ ਇਹ ਲੈਸ ਆ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਇਹ ਲੈਸ ਮਿਲੇ 3000 ਇਹਦਾ ਪ੍ਰਾਈਜ਼ 3000 ਰਹਿ ਗਿਆ ਜੀ ਇਹਦਾ ਪ੍ਰਾਈਜ਼ ਸਿੰਗਲ ਆ ਜੀ ਇਹ ਡਿਜ਼ਾਇਨ ਜਿਹੜਾ ਤੁਹਾਨੂੰ ਨੈਕਸਟ ਦੇ ਰਹੇ ਹਾਂ ਵੀ ਕਰੇਪ 'ਤੇ ਰਹੇਗਾ ਜੀ ਬਹੁਤ ਹੀ ਵਧੀਆ ਵਾਲੀ ਕੁਆਲਿਟੀ ਹੈ ਜੀ ਦੇਖੋ ਕਰੇਪ ਇਹ ਸਾਰਾ ਫਰੰਟ ਹੈ ਸਰਵੋਸਕੀ ਲੱਗੀ ਹੋਈ ਹੈ ਪੂਰੇ ਫਰੰਟ 'ਤੇ ਹਾਈਲਾਈਟ ਕਰਿਆ ਹੋਇਆ ਸਰਵੋਸਕੀ ਨੂੰ ਕਰੇਪ ਦਾ ਫੈਬਰਿਕ ਰਹੇਗਾ ਜੀ ਤੁਸੀਂ ਇਹਦੀ ਘੇਰੇ 'ਤੇ ਐਮਬਰਾਇਡਰੀ ਦੇਖੋ ਬਹੁਤ ਹੀ ਬਰੀਕ ਟਨਕੇ ਦੀ ਇਹ ਐਮਬਰਾਇਡਰੀ ਹੋਈ ਵੀ ਹੈ ਬਹੁਤ ਹੀ ਹੈਵੀ ਕੰਮ ਹੋਇਆ ਹੋਇਆ ਉੱਤੋਂ ਦੀ ਸੋਹਣੇ ਇਹਨਾਂ ਦੇ ਦੁਪੱਟੇ ਰਹਿਣਗੇ ਜੀ ਚਨੋਨ ਦਾ ਫੈਬਰਿਕ ਰਹੇਗਾ ਦੁਪੱਟੇ ਦਾ ਪੂਰੇ ਦੁਪੱਟੇ ਦੇ ਵਿੱਚ ਵਰਕ ਬਹੁਤ ਹੀ ਹੈਵੀ ਦੁਪੱਟਾ ਰਹੇ ਚਨੋਨ ਦਾ ਫੈਬਰਿਕ ਪੂਰੇ ਦੁਪੱਟੇ 'ਚ ਫਲਾਰ ਨੇ ਜੀ ਅਤੇ ਨਾਲ ਇਹਨੂੰ ਸਰਵੋਸਕੀ ਨਾਲ ਸਾਰੇ ਨੂੰ ਇਹ ਬੋਕਸ ਬਣੇ ਹੋਏ ਇੱਦਾਂ ਛੋਟੇ ਛੋਟੇ ਇਹ ਸਟੋਨ ਲੱਗੇ ਹੋਏ ਆ ਸਟੋਨ ਦੇ ਨਾਲ ਇਹ ਬੋਕਸ ਬਣਾ ਕੇ ਉੱਪਰ ਬਹੁਤ ਹੀ ਹੈਵੀ ਕੰਮ ਹੈ ਜੀ ਦੁਪੱਟੇ ਦਾ ਚਨੋਨ ਦਾ ਦੁਪੱਟਾ ਫੁੱਲ ਲੰਬਾ ਚੌੜਾ ਇਹ ਵਿੜਥ ਵਾਲਾ ਇਹ ਦੁਪੱਟਾ ਜੀ ਹੋਰ ਸਾਈਡ ਇਹਦੇ ਇਸ ਤਰ੍ਹਾਂ ਕਰਕੇ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਪਾਈਪਿੰਗ ਦੀ ਫਿਨਿਸ਼ਿੰਗ ਕਰੀ ਹੋਈ ਹੈ ਜੀ ਦੁਪੱਟੇ ਦੇ ਫੋਰ ਸਾਈਡ ਇਹ ਆਣਗੇ ਇਹਦੇ ਫੋਰ ਸਾਈਡ ਦੇਖੋ ਜੀ ਟਸਲਸ ਨੇ ਦੁਪੱਟੇ ਦੇ ਫੋਰ ਸਾਈਡ ਹੀ ਫਿਨਿਸ਼ਿੰਗ ਪਾਈਪਿੰਗ ਦੀ ਵਿੱਚ ਫੁੱਲ ਹੈਵੀ ਦੁਪੱਟਾ ਇਹ ਰਹੇਗੀ ਜੀ ਸੂਟ ਦੀ ਲੁੱਕ ਕਰੇਪ ਦਾ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗੀ ਜੀ ਸੂਟ ਦੀ 3200 ਇਹਦਾ ਪ੍ਰਾਈਜ਼ ਰਹੇਗਾ ਨੈਕਸਟ ਕਲਰ ਇਹਦਾ ਬਹੁਤ ਹੀ ਪਿਆਰਾ ਹੈ ਕਲਰ ਦੇਖੋ ਜੀ ਕਿੰਨਾ ਪਿਆਰਾ ਹੈ ਇਹ ਸਾਰਾ ਸਟੋਨ ਵਰਕ ਹੈ ਫੁੱਲ ਸ਼ਰਟ ਦੇ ਉੱਤੇ ਸਟੋਨ ਵਰਕ ਹੈ ਜੀ ਇਹ ਹੈਗੀ ਇਹਦੀ ਘੇਰੇ 'ਤੇ ਐਮਬਰਾਇਡਰੀ ਫੁੱਲ ਹੈਵੀ ਵਰਕ ਦੇਖੋ ਬਹੁਤ ਹੀ ਬਰੀਕ ਟਾਂਕੇ ਦਾ ਕੰਮ ਕਰਿਆ ਹੋਇਆ ਪਲੱਸ ਬਹੁਤ ਹੈਵੀ ਹੈ ਇਹ ਬਿਲਕੁਲ ਵੀ ਖਰਾਬ ਹੋਣ ਵਾਲਾ ਵਰਕ ਨਹੀਂ ਜੀ ਜਿਵੇਂ ਤੁਸੀਂ ਇਹਨੂੰ ਮਰਜ਼ੀ ਵਾਸ਼ ਕਰ ਲਓ ਦੇਖੋ ਬੈਕ ਸਾਈਡ ਤੋਂ ਵੀ ਇੰਨਾ ਜ਼ਿਆਦਾ ਇਹ ਫਿਨਿਸ਼ਿੰਗ ਨਾਲ ਕੰਮ ਹੋਇਆ ਹੋਇਆ ਚਨੂਨ ਦਾ ਦੁਪੱਟਾ ਜੀ ਫੈਬਰਿਕ ਤਿਆਰ ਰਹੇਗਾ ਆਪਣਾ ਦੁਪੱਟੇ ਦਾ ਚਨੂਨ ਦਾ
ਤੇ ਐਮਬਰਾਇਡਰੀ ਦੇਖੋ ਤੁਸੀਂ ਇਹਦੀ ਕਿੰਨੀ ਹੈਵੀ ਹੈ ਜੀ। ਕੰਮ ਦੇਖੋ ਦੁਪੱਟੇ 'ਤੇ, ਬਹੁਤ ਹੀ ਪਿਆਰਾ ਜਿਹਾ, ਬਹੁਤ ਬਰੀਕ ਟੰਕੇ ਦਾ ਕੰਮ ਅਤੇ ਸਫਾਈ ਦੇ ਨਾਲ ਕਰਿਆ ਹੋਇਆ ਜੀ। ਪੂਰੇ ਦੁਪੱਟੇ ਦੇ ਵਿੱਚ ਇਹ ਸਟੋਨ ਹੈ, ਬੋਕਸ ਬਣੇ ਹੋਏ ਆ ਸਟੋਨ ਦੇ ਨਾਲ, ਜਿਵੇਂ ਫਲਾਵਰ ਬਣੇ ਹੋਏ ਨਾ ਇਹਨੂੰ ਬੋਕਸ ਸਟੋਨ ਲੱਗੇ ਹੋਏ ਜੀ ਪੂਰੇ ਦੁਪੱਟੇ ਦੇ ਵਿੱਚ। ਫੋਰ ਸਾਈਡ ਇਹਦੇ ਪਾਈਪਿੰਗ ਦੀ ਫਿਨਿਸ਼ਿੰਗ ਅਤੇ ਇਸ ਤਰ੍ਹਾਂ ਕਰਕੇ ਟਸਲਸ ਤੁਹਾਨੂੰ ਫੋਰ ਸਾਈਡ 'ਤੇ ਮਿਲਣਗੇ। ਇਹ ਰਹੇਗੀ ਜੀ ਸੂਟ ਦੀ ਲੁੱਕ। ਇਹ ਸੀ ਜੀ ਆਪਣੇ ਅੱਜ ਦੇ ਸੂਟ। ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਸਕਰੀਨਸ਼ੋਟ ਲੈ ਕੇ ਸਾਡੇ ਨਾਲ ਵਟਸਐਪ 'ਤੇ ਕੰਟੈਕਟ ਕਰ ਲੈਣਾ। ਅਤੇ COD ਨਹੀਂ ਰਹੇਗੀ, ਕਿਸੇ ਵੀ ਮੈਥਡ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ ਜੀ, ਔਨਲਾਈਨ ਤਾਂ ਗੂਗਲ ਪੇ, ਪੇਟੀਐਮ, ਜਿਵੇਂ ਵੀ ਕਰ ਸਕਦੇ, ਪਰ COD ਨਹੀਂ ਹੈ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਦਿਆ ਕਰੋ ਜੀ, ਸ਼ੇਅਰ ਕਰਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਧੰਨਵਾਦ ਜੀ।